ਲੋਅਰ ਬੈਕ ਪੇਨ ਕਮਰ ਦੇ ਵਿੱਚ ਦਰਦ ਰਹਿਣਾ ਤੇ ਲੱਤ ਦੇ ਵਿੱਚ ਦਰਦ ਚੱਲਣਾ ਇਹ ਕੋਈ ਆਮ ਕਾਮਨ ਪ੍ਰੋਬਲਮ ਨਹੀਂ ਹੈ ਇਹ ਅੱਜ ਦੀ ਡੇਟ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀ ਹੋਈ ਪ੍ਰੋਬਲਮ ਹੈ ਤੇ ਇਹਨੂੰ ਫਿਕਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਇਸ ਤੋਂ ਅਗਲੀ ਜ਼ਿੰਦਗੀ ਨੂੰ ਬਿਨਾਂ ਬੇਨ ਤੋਂ ਗੁਜ਼ਾਰਨਾ ਚਾਹੁੰਦੇ ਹੋਗੇ ਸੋ ਕਾਰਨ ਕੀ ਹੈ ਬੈਕ ਪੇਨ ਹੋਣ ਦਾ ਬਹੁਤ ਸਾਰੇ ਕੁਐਸਚਨਸ ਆਉਂਦੇ ਨੇ ਕਿ ਬੈਕ ਪੇਨ ਲਈ ਐਕਸਰਸਾਈਜ਼ ਦੱਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹਦਾ ਕਾਰਨ ਜਾਣਨ ਦੀ ਲੋੜ ਹੈਗੀ ਕਿ ਕਿਉਂ ਇਹ ਬੈਕ ਪੇਨ ਆਉਂਦਾ ਜੇ ਤੁਹਾਡੀ ਐਕਟੀਵਿਟੀ ਘੱਟ ਹੈ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਜਾਂ ਫਿਰ ਤੁਹਾਡੀ ਐਕਟੀਵਿਟੀ ਲੋਡ ਤੋਂ ਵੱਧ ਹੈ ਤੁਸੀਂ ਪ੍ਰੋਪਰ ਖਾਣਾ ਪੀਣਾ ਨਹੀਂ ਖਾ ਰਹੇ ਤੁਹਾਡੀ ਐਕਟੀਵਿਟੀ ਦੇ ਅਕੋਰਡਿੰਗ ਉਹਨਾ ਪ੍ਰੋਟੀਨ ਨਹੀਂ ਖਾ ਰਹੇ ਤਾਂ ਤੁਹਾਡੇ ਬੈਕ ਦੇ ਮਸਲਸ ਨੇਗੇ ਜਿਹੜੇ ਉਹ ਵੀਕ ਹੋ ਜਾਂਦੇ ਨੇ ਬੈਕ ਦੇ ਮਸਲਸ ਵੀਕ ਹੋਣ ਕਰਕੇ ਰੀਡ ਦੀ ਹੱਡੀ ਦੇ ਉੱਤੇ ਪ੍ਰੈਸ਼ਰ ਆਉਣਾ ਸਟਾਰਟ ਹੋ ਜਾਂਦਾ ਹੈ ਰੀਡ ਦੀ ਹੱਡੀ ਦੇ ਉੱਤੇ ਪ੍ਰੈਸ਼ਰ ਆਊਗਾ ਉਸ ਤੋਂ ਬਾਅਦ ਉਹ ਪ੍ਰੈਸ਼ਰ ਮਣਕਿਆਂ ਦੇ ਥਰੂ ਹੁੰਦਾ ਹੁੰਦਾ ਤੁਹਾਡੀ ਡਿਸਕ ਦੇ ਉੱਤੇ ਚਲਾ ਜਾਂਦਾ ਤੇ ਡਿਸਕ ਦੇ ਉੱਤੇ ਪ੍ਰੈਸ਼ਰ ਜਾਣ ਤੋਂ ਬਾਅਦ ਤੁਹਾਡੇ ਲੱਤਾਂ ਦੇ ਇਫੈਕਟ ਆਉਣਾ ਸਟਾਰਟ ਹੁੰਦਾ ਹੈ ਸੋ ਇਹ ਪਹਿਲਾ ਕਾਰਨ ਹੁੰਦਾ ਦੂਸਰਾ ਕਾਰਨ ਹੋ ਸਕਦਾ ਹੈ ਕਿ ਤੁਹਾਡੇ ਲੱਤਾਂ ਦੇ ਮਸਲ ਵੀਕ ਹੋਣ ਤਾਂ ਵੀ ਲੱਤਾਂ ਦੇ ਵਿੱਚ ਦਰਦ ਚੱਲਣਾ ਸਟਾਰਟ ਹੋ ਜਾਂਦਾ ਜਾਂ ਫਿਰ ਲੱਤਾਂ ਦਾ ਸੁਨਪਣ ਸਟਾਰਟ ਹੋ ਜਾਂਦਾ ਸੋ ਇਹੇ ਪ੍ਰੋਬਲਮਾਂ ਨੂੰ ਮੱਦੇਨਜ਼ਰ ਰੱਖ ਕੇ ਅੱਜ ਤੁਹਾਨੂੰ ਮੈਂ ਕੁਝ ਐਕਸਰਸਾਈਜ਼ਸ ਦੱਸੂਗਾ ਜਿਹੜੀਆਂ ਐਕਸਰਸਾਈਜ਼ਸ ਕਰਨ ਦੇ ਨਾਲ ਤੁਹਾਡਾ ਬੈਕ ਪੇਨ ਤੇ ਲੱਤ ਦੇ ਵਿੱਚ ਜੇ ਕੋਈ ਦਰਦ ਚੱਲ ਰਿਹਾ ਤੁਸੀਂ ਉਹਨੂੰ ਫਿਕਸ ਕਰ ਸਕਦੇ ਹੋਗੇ ਸੋ ਇਹੇ ਬੇਸਿਕ ਐਕਸਰਸਾਈਜ਼ਸ ਨੇਗੀਆਂ ਜੇ ਤੁਹਾਨੂੰ ਪੇਨ ਆ ਰਿਹਾ ਤੁਸੀਂ ਇਹ ਐਕਸਰਸਾਈਜ਼ਸ ਕਰ ਰਹੇ ਹੋ ਇਹਦੇ ਨਾਲ ਥੋੜਾ ਬਹੁਤਾ ਫਾਇਦਾ ਹੋਇਆ ਫਿਰ ਤੁਸੀਂ ਇਹਨੂੰ ਕੰਟੀਨਿਊ ਰੱਖ ਸਕਦੇ ਹੋ ਪਰ ਜੇ ਤੁਹਾਡਾ ਪੇਨ ਬਹੁਤ ਜ਼ ਤੇ ਇਹ ਐਕਸਰਸਾਈਜ਼ਸ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਜਾਂ ਫਿਰ ਪੇਨ ਵੱਧ ਰਿਹਾ ਐਕਸਰਸਾਈਜ਼ ਕਰਦੇ ਟਾਈਮ ਪੇਨ ਆ ਰਿਹਾਗਾ ਫਿਰ ਤੁਸੀਂ ਇਹ ਐਕਸਰਸਾਈਜ਼ਸ ਨੂੰ ਨਾ ਕਰਿਓ ਫਿਰ ਤੁਸੀਂ ਇਹ ਐਕਸਰਸਾਈਜ਼ ਕਿਸੇ ਨਾ ਕਿਸੇ ਦੀ ਨਿਗਾਹ ਹੇਠ ਕੀ ਕਰਨੀਆਂ ਨੇਗੀਆਂ ਆਪਣੇ ਫਿਜ਼ੀਓਥੈਰੇਪਿਸਟ ਨੂੰ ਮਿਲੋ ਜਾਂ ਫਿਰ ਮੇਰੇ ਨਾਲ ਤੁਸੀਂ ਇਸ WhatsApp ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਸੋ ਪਹਿਲੀ ਐਕਸਰਸਾਈਜ਼ ਹੈ ਬੈਕ ਨੂੰ ਮਜ਼ਬੂਤ ਕਰਨ ਵਾਸਤੇ ਮੁੱਦੇ ਲੇਟ ਕੇ ਸਪਾਈਨ ਐਕਸਟੈਂਸ਼ਨ ਜਦੋਂ ਤੁਸੀਂ ਸਪਾਈਨ ਨੂੰ ਐਕਸਟੈਂਡ ਕਰੋਗੇ ਇਸ ਪੋਜੀਸ਼ਨ ਦੇ ਵਿੱਚ ਲੇਟ ਕੇ ਚੈਸਟ ਨੂੰ ਉੱਪਰ ਚੱਕੋਗੇ ਦੋਨੇ ਹੱਥਾਂ ਨੂੰ ਉੱਪਰ ਹਵਾ ਦੇ ਵਿੱਚ ਕਰੋਗੇ ਤੁਹਾਡੀ ਲੋਅਰ ਬੈਕ ਜੇ ਤੁਸੀਂ ਦੋਨੇ ਗੁੱਡਿਆਂ ਨੂੰ ਸਿੱਧੇ ਰੱਖ ਕੇ ਦੋਨੇ ਲੱਤਾਂ ਨੂੰ ਵੀ ਹਵਾ ਦੇ ਵਿੱਚ ਕਰ ਸਕਦੇ ਹੋ ਥੋੜਾ ਜਿਹਾ ਤੁਹਾਡੇ हिਪ ਦੇ ਉੱਤੇ ਪ੍ਰੈਸ਼ਰ ਜਾਊਗਾ हिਪ ਅਤੇ ਲੋਅਰ ਬੈਕ ਦੇ ਉੱਤੇ ਪ੍ਰੈਸ਼ਰ ਆਉਣ ਦੇ ਨਾਲ ਤੁਹਾਡੇ ਇਹ ਮਸਲ ਦੀ ਸਟਰੈਂਥਨਿੰਗ ਹੋਊਗੀ ਜਿਹੜੇ ਮਸਲ ਵੀਕਨਿੰਗ ਲੋਅਰ ਬੈਕ ਦੇ ਉਹ ਮਸਲ ਮਜ਼ਬੂਤ ਹੋ ਜਾਣਗੇ ਸੋ ਇਹ ਪਹਿਲੀ ਐਕਸਰਸਾਈਜ਼ ਦਾ ਤੁਸੀਂ ਇਹ ਕਰਨੀ ਹੈ ਕਿ 10 ਤੋਂ 15 ਵਾਰੀ ਕਰਨੀ ਹੈ 1 ਤੋਂ 2 ਸਕੰਡ ਰੋਕ ਸਕਦੇ ਹੋ ਸਰੀਰ ਨੂੰ ਉੱਪਰ ਚੱਕ ਕੇ ਸੋ ਦੂਸਰੀ ਐਕਸਰਸਾਈਜ਼ ਦੇ ਵਿੱਚ ਆਪਾਂ ਰੋਟੇਸ਼ਨ ਕਰਾਂਗੇ ਰੋਟੇਸ਼ਨ ਕਰਨੀ ਕਿਸ ਤਰੀਕੇ ਨਾਲ ਹੈ ਸਿੱਧੇ ਲੇਟ ਜਾਣਾਗਾ ਇੱਕ ਪੈਰ ਨੂੰ ਤੁਸੀਂ ਇਦਾਂ ਹੱਥ ਦੇ ਨਾਲ ਫੜ ਲੈਣਾ ਦੂਸਰੇ ਉੱਪਰ ਵਾਲੇ ਪੈਰ ਨੂੰ ਤੁਸੀਂ ਇਦਾਂ ਹੱਥ ਦੇ ਨਾਲ ਫੜ ਲੈਣਾਗਾ ਗੋਡੇ ਤੋਂ ਤੇ ਗੋਡੇ ਨੂੰ ਤੁਸੀਂ ਇੱਕ ਪਾਸੇ ਨੂੰ ਖਿੱਚਣਾਗਾ ਦੂਸਰੇ ਪਾਸੇ ਤੁਸੀਂ ਪੈਰ ਨੂੰ ਸਟੇਬਲ ਕਰਕੇ ਰੱਖਣਾਗਾ ਗੋਡੇ ਨੂੰ ਮੋੜ ਕੇ ਤੇ ਆਪਣੇ ਜੇ ਪੋਦੇ ਉੱਤੇ ਲੋਰ ਬੈਕ ਦੇ ਉੱਤੇ ਸਟ੍ਰੈਚ ਫੀਲ ਕਰਨਾਗਾ ਤੁਸੀਂ ਇਹਨੂੰ ਦੋਨੇ ਪਾਸੇ ਤੁਸੀਂ 2-2 3-3 ਵਾਰੀ ਕਰਨਾਗਾ ਤੇ ਹਰ ਇੱਕ ਵਾਰੀ ਦੇ ਵਿੱਚ ਤੁਸੀਂ 5 ਤੋਂ 10 ਸਕਿੰਟ ਇਹਨੂੰ ਰੋਕੇ ਰੱਖਣਾਗਾ ਸੋ ਤੀਸਰੀ ਐਕਸਰਸਾਈਜ਼ ਆ ਜਾਂਦੀ ਹੈ ਹੈਂਗਿੰਗ ਤੁਸੀਂ ਵੇਟ ਨਾਲ ਵੀ ਕਰ ਸਕਦੇ ਹੋਗੇ ਜਿਵੇਂ ਹੁਣ ਵੇਟ ਬਣ ਕੇ ਕਰਕੇ ਦਿਖਾ ਰਹਾਗਾ ਮੈਂ ਜਾਂ ਫਿਰ ਬਿਨਾਂ ਵੇਟ ਤੋਂ ਵੀ ਕਰ ਸਕਦੇ ਹੋਗੇ ਇਸ ਪੋਜੀਸ਼ਨ ਦੇ ਵਿੱਚ ਖੜੇ ਹੋਣਾ ਉੱਪਰ ਹੱਥ ਪਾਉਣੇ ਨੇਗੇ ਤੇ ਲਟਕ ਜਾਣਾਗਾ 10 ਤੋਂ 15 ਸਕਿੰਟ ਲਟਕੇ ਰਹਿਣਾਗਾ ਸੋ ਇਹ ਤਿੰਨ ਐਕਸਰਸਾਈਜ਼ ਤੁਸੀਂ ਕਰਕੇ ਦੇਖੋ ਜੇ ਤੁਹਾਨੂੰ ਇਹਨਾਂ ਤਿੰਨਾਂ ਨਾਲ ਫਾਇਦਾ ਹੁੰਦਾ ਬਹੁਤ ਵਧੀਆਗਾ ਨਹੀਂ ਫਾਇਦਾ ਹੁੰਦਾ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਇਹ ਵੀ ਨਹੀਂ ਹੈ ਕਿ ਇਹੀ ਤਿੰਨੇ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡਾ ਪ੍ਰੋਬਲਮ 100% ਖਤਮ ਹੋ ਜਾਊਗੀ ਇਹੇ ਤਿੰਨ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡੀ ਪ੍ਰੋਬਲਮ ਥੋੜੀ ਬਹੁਤੀ ਠੀਕ ਹੋ ਜਾਊਗੀ ਤੁਹਾਡਾ ਦਰਦ ਜੇ 100% ਚੱਲ ਰਿਹਾ ਹੈਗਾ ਉਹ 50% ਰਹਿ ਜਾਊਗਾ ਤੇ ਉਸ ਤੋਂ ਬਾਅਦ ਜਿਹੜਾ ਅਗਲੀ ਪ੍ਰੋਬਲਮ ਨੂੰ ਫਿਕਸ ਕਰਨਾ ਹੈ ਜੜ ਤੋਂ ਪ੍ਰੋਬਲਮ ਨੂੰ ਖਤਮ ਕਰਨਾ ਉਹਦੇ ਵਾਸਤੇ ਐਕਸਰਸਾਈਜ਼ ਅਕੋਰਡਿੰਗ ਟੂ ਕੰਡੀਸ਼ਨ ਚੇਂਜ ਕਰਨੀ ਆਉਂਦੀ ਹੈ ਸੋ ਲਾਸਟ ਸਟੈਪ ਬੈਕ ਪੇਨ ਨੂੰ ਜਿਹੜਾ ਫਿਕਸ ਕਰਨੀ ਐਕਸਰਸਾਈਜ਼ ਦਾ ਹੁੰਦਾ ਉਹ ਕਿਹੜਾ ਹੁੰਦਾਗਾ ਜਦੋਂ ਬਿਨਾ ਕਿਸੇ ਸਟਿਫਨੈਸ ਤੋਂ ਬਿਨਾ ਕਿਸੇ ਸਟ੍ਰੈਚ ਤੋਂ ਡੈਡ ਲਿਫਟ ਕਰਨ ਲੱਗ ਜਾਨੇ ਹੋਗੇ ਸੋ ਡੈਡ ਲਿਫਟ ਕਰਨੀ ਹਰੇਕ ਬੰਦੇ ਵਾਸਤੇ ਜ਼ਰੂਰੀ ਆ ਪਰ ਸੇਫ ਤਰੀਕੇ ਨਾਲ ਕਰਨੀ ਜ਼ਰੂਰੀ ਹੈਗੀ 40 50 ਕਿਲੋ ਤੱਕ ਜਦੋਂ ਤੁਸੀਂ ਡੈਡ ਲਿਫਟ ਕਰਨ ਲੱਗ ਜਾਨੇ ਹੋ ਤਾਂ ਤੁਹਾਡੀ ਰੀਡ ਦੀ ਹੱਡੀ ਇਨਫ ਸਟਰੋਂਗ ਹੋ ਜਾਂਦੀ ਹੈਗੀ ਫਿਰ ਉਹਦੇ ਮਸਲ ਵੀਕ ਨਹੀਂ ਰਹਿੰਦੇ ਫਿਰ ਜਿਹੜਾ ਤੁਹਾਡਾ ਵਜ਼ਨ ਚੱਕਣ ਦਾ ਕੰਮ ਆਗਾ ਉਹ ਸਿਰਫ ਮਸਲਸ ਨੇ ਕਰਨਾ ਹੁੰਦਾਗਾ ਰੀਡ ਦੀ ਹੱਡੀ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਹੁੰਦਾ ਡਿਸਕ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਆਉਂਦਾ ਸੋ ਡੈਡ ਲਿਫਟ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਐਕਸਰਸਾਈਜ਼ਸ ਕਰਨੀਆਂ ਪੈਂ ਨਾਲ ਨਿਊਟ੍ਰੀਸ਼ਨ ਵਧੀਆ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈਗੀ ਕੱਲੀ ਐਕਸਰਸਾਈਜ਼ ਨੇ ਵੀ ਫਾਇਦਾ ਨਹੀਂ ਦੇਣਾ ਕੱਲੀ ਡਾਈਟ ਨੇ ਵੀ ਫਾਇਦਾ ਨਹੀਂ ਦੇਣਾ ਸੋ ਹੋਰ ਇਦਾਂ ਦੀ ਜਾਣਕਾਰੀ ਵਾਲੀਆਂ ਵੀਡੀਓਜ਼ ਦੇਖਣ ਵਾਸਤੇ ਜਸਟ ਫਿਟਨੈਸ ਚੈਨਲ ਦੇ ਨਾਲ ਜੁੜੇ ਰਹੋ ਫੋਲੋ ਕਰੋ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹੋ ਧੰਨਵਾਦ